ਕਰਾਚੀ ਪੌਣ ਵਾਲੀ ਗਰਮੀ ਦੇ ਅਸਰਾਂ ਮੁਸਤਕਬਲ ਦੇ ਮਹਿਮਾਰਾਂ ਤੇ ਵੀ ਪੌਣ ਲਗੇ। ਸਕੂਲ ਦੇ ਬਾਲਾਂ ਸਿੰਧ ਹਕੂਮਤ ਤੋਂ ਜੂਨ ਜੁਲਾਈ ਤੋਂ ਪਹਿਲੇ ਛੁੱਟੀਆਂ ਦਾ ਮੁਤਾਲਬਾ ਕਰਦਾ। ਸ਼ਹਿਰ ਕਾਦੇ ਸ਼ਦੀਦ ਗਰਮੀ ਦੇ ਅਸਰਾਂ ਸਕੂਲ ਦੇ ਬਾਲਾਂ ਤੇ ਵੀ ਪਵਣ ਲਗੇ। ਸਕੂਲ ਦੇ ਬਾਲਾਂ ਸਿੰਧ ਹਕੂਮਤ ਤੋਂ ਗਰਮੀਆਂ ਦੀਆਂ ਛੁੱਟੀਆਂ ਵਕਤ ਤੋਂ ਪਹਿਲੇ ਕਰਨ ਦਾ ਮੁਤਾਲਬਾ ਕਰਦਾ। ਗਰਮੀਆਂ ਬਹੁਤ ਹੈ, ਜੂਨ ਜੁਲਾਈ ਸੇ ਪਹਿਲੇ ਛੁੱਟੀਆਂ ਹੋਣੀ ਚਾਹੀਦੀ। ਗਰਮੀਆਂ ਬਹੁਤ ਹੈ, ਸਕੂਲ ਆਨੇ ਮੇਂ ਬਹੁਤ ਪ੍ਰੋਬਲਮ ਹੋਤੀ ਹੈ। ਹਕੂਮਤ ਕੋ ਚਾਹੀਏ ਕਿ ਹਮੇਂ ਛੁੱਟੀ ਦੇਣੀ ਚਾਹੀਏ, ਕਿਉਂਕਿ ਬਹੁਤ ਗਰਮੀ ਹੈ ਯਹਾਂ ਔਰ ਸਕੂਲ ਆਨੇ ਮੇਂ ਬਹੁਤ ਪ੍ਰੋਬਲਮ ਹੋ ਰਹੀ ਹੈ। ਮਈ ਕਾ ਮਹੀਨਾ ਵੀ ਪੜਾ ਹੋਇਆ ਔਰ ਗਰਮੀਆਂ ਬਹੁਤ ਜ਼ਿਆਦਾ ਹੋ ਗਈ ਹੈ, ਇਸ ਲਈ ਜੋ ਹੈ ਹਕੂਮਤ ਕੋ ਚਾਹੀਏ ਕਿ ਹਮੇਂ ਜਲਦੀ ਛੁੱਟੀਆਂ ਦੇ ਦੇਣ। ਬਾਲਾਂ ਦੇ ਨਾਲ ਉਹਨਾਂ ਦੇ ਵਾਲਿਦੈਨ ਵੀ ਗਰਮੀ ਦੀ ਸ਼ਿੱਦਤ ਤੋਂ ਪਰੇਸ਼ਾਨ ਹਨ। ਵਾਲਿਦੈਨ ਦਾ ਆਖਣਾ ਹੈ ਸ਼ਹਿਰ 'ਚ ਹੀਟ ਸਟ੍ਰੋਕ ਦੇ ਖਤਰਾਤ ਮੌਜੂਦ ਹਨ। ਇਸ ਸੰਗ ਮਹਿਕਮਾ ਤਾਲੀਮ ਗਰਮੀਆਂ ਦੀਆਂ ਛੁੱਟੀਆਂ ਵਕਤ ਤੋਂ ਪਹਿਲੇ ਕਰੇ। ਬਹੁਤ ਗਰਮੀ ਹੋ ਰਹੀ ਹੈ, ਛੁੱਟੀਆਂ ਲੈਣੀ ਚਾਹੀਏ ਬੱਚਿਆਂ ਦੇ। ਸਕੂਲ ਦੇ ਬਾਲਾਂ ਤੇ ਉਹਨਾਂ ਦੇ ਵਾਲਿਦੈਨ ਦਾ ਆਖਣਾ ਜੋ ਮਹਿਕਮਾ ਤਾਲੀਮ ਇਸ ਸਿਲਸਿਲੇ 'ਚ ਮਹਿਕਮਾ ਮੌਸਮੀਆਤ ਦੇ ਮਾਹਰੀਨ ਨਾਲ ਮਸ਼ਵਰਾ ਕਰਦੇ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰੇ।